ਸਤਿ ਸ਼੍ਰੀ ਅਕਾਲ। ਬੀਬੀ ਬੱਤੀ ਨਵਾਂਸ਼ਹਿਰ ਦੇਖ ਰਹੇ ਹੋ। ਅੱਜ ਤੁਹਾਡੇ ਸਾਹਮਣੇ ਗੁਰਦਾਸਪੁਰ ਸ਼ਹਿਰ ਦੀ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਂਝੀ ਕਰਨ ਜਾ ਰਹੇ ਹਾਂ, ਜਿੱਥੇ ਬਟਾਲਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਨਜ਼ਦੀਕ ਪਿੰਡ ਰੂਪੋਵਾਲੀ ਦੇ 22 ਸਾਲਾਂ ਨੌਜਵਾਨ ਦੀ ਦੁਬਈ ਦੇ ਵਿੱਚ ਕਰੇਨ ਦਾ ਬੋਮ ਟੁੱਟਣ ਨਾਲ ਮੌਤ ਹੋਣ ਦਾ ਦੁੱਖ ਭਰਿਆ ਸਮਾਚਾਰ ਪ੍ਰਾਪਤ ਹੋਇਆ ਹੈ। ਜਿੱਥੇ ਕਿ ਉਸਦੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ, ਉੱਥੇ ਇਲਾਕੇ ਵਿੱਚ ਸੋਗ ਦੀ ਲਹਿਰ ਚੱਲ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਅਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ 22 ਸਾਲਾਂ ਨੌਜਵਾਨ ਜਾਰਜ ਮਸੀਹ ਪੁੱਤਰ ਬਲਕਾਰ ਮਸੀਹ ਪਿੰਡ ਰੂਪੋਵਾਲੀ ਰੋਜ਼ੀ ਰੋਟੀ ਕਮਾਉਣ ਲਈ ਕਰੀਬ 2.5 ਸਾਲ ਪਹਿਲਾਂ ਦੁਬਈ ਦੀ ਟੈਗ ਕੰਪਨੀ ਵਿੱਚ ਹੈਲਪਰ ਦੇ ਵੀਜ਼ੇ 'ਤੇ ਗਿਆ ਸੀ। ਬੀਤੇ ਕੱਲ੍ਹ ਉਹਨਾਂ ਨੂੰ ਦੁਬਈ ਵਿੱਚੋਂ ਉਹਨਾਂ ਦੇ ਨਾਲ ਕੰਮ ਕਰਦੇ ਨੌਜਵਾਨਾਂ ਦਾ ਫੋਨ ਆਇਆ ਕਿ ਜਾਰਜ ਮਸੀਹ ਦੀ ਕਰੇਨ ਦਾ ਬੂਮ ਟੁੱਟਣ ਦੇ ਨਾਲ ਉਸਦੇ ਥੱਲੇ ਆ ਕੇ ਗੰਭੀਰ ਜ਼ਖਮੀ ਹੋਇਆ ਹੈ, ਜਿਸ ਨੂੰ ਇਲਾਜ ਲਈ ਕੰਪਨੀ ਦੇ ਅਧਿਕਾਰੀਆਂ ਨੇ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ ਇਲਾਜ ਦੌਰਾਨ ਉਸਦੀ ਮੌਤ ਹੋਈ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਨੌਜਵਾਨ ਦੀ ਦੇਹ ਨੂੰ ਬਦਲ ਲਿਆਉਣ ਵਿੱਚ ਮਦਦ ਕੀਤੀ ਜਾਵੇ। ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਜਾਰਜ ਮਸੀਹ ਦੀਆਂ 2 ਭੈਣਾਂ, 2 ਭਰਾ ਅਤੇ ਬਜ਼ੁਰਗ ਮਾਤਾ ਪਿਤਾ ਦਾ ਗੁਜ਼ਾਰਾ ਉਸਦੇ ਸਿਰ 'ਤੇ ਚੱਲਦਾ ਸੀ, ਪਰ ਉਸਦੇ ਭਾਰ ਜਵਾਨੀ ਵਿੱਚ ਚਲੇ ਜਾਣ ਨਾਲ ਪਰਿਵਾਰ ਨੂੰ ਨਾ ਸਹਿਣ ਯੋਗ ਘਾਟਾ ਪਿਆ ਹੈ। ਦਿਖਾਉਂਦੇ ਹਾਂ ਤੁਹਾਨੂੰ ਮੌਕੇ 'ਤੇ ਹੋਈ ਗੱਲਬਾਤ। ਗੱਲਬਾਤ ਅੱਜ ਤੋਂ 4 ਦਿਨ ਪਹਿਲਾਂ ਗੱਲ ਹੋਈ, ਠੀਕ ਠਾਕ ਹੀ। ਕੱਲ੍ਹ ਨੂੰ ਪਤਾ ਲੱਗਾ ਵੀ ਉਹਦੇ ਸੱਟ ਲੱਗ ਗਈ ਆ, ਬਾਅਦ 'ਚ ਪਤਾ ਲੱਗਾ ਘੰਟੇ ਤੱਕ ਵੀ ਉਹ ਮਸ਼ੀਨ ਥੱਲੇ ਆ ਗਿਆ ਵਾ। ਮਤਲਬ ਕਿੰਨਾ ਚਿਰ ਪਹਿਲਾਂ ਗਿਆ ਸੀ ਦੁਬਈ? ਉਹਨੂੰ 1.5 ਸਾਲ ਹੀ ਪਾਉਣੇ, 2 ਸਾਲ ਹੀ ਹੋ ਗਏ ਆ। ਜਿਹੜੀ ਤੁਹਾਡੀ ਲਾਸਟ ਟਾਈਮ ਗੱਲ ਹੋਈ, ਫਿਰ ਤੁਹਾਡੇ ਨਾਲ ਕੀ ਗੱਲਾਂ ਬਾਤਾਂ ਕੀਤੀਆਂ ਨੇ? ਗੱਲਾਂ ਬਾਤਾਂ ਉਹ ਕੀਤੀਆਂ, ਮੰਮੀ ਤੂੰ ਠੀਕ ਠਾਕ ਆ? ਮੰਮੀ ਮੈਨੂੰ ਤੁਰ ਕੇ ਦੱਸ, ਤੂੰ ਸੱਟ ਲੱਗੀ ਆ, ਮੈਨੂੰ ਇੱਕ ਵਾਰੀ ਤੁਰ ਕੇ ਦੱਸ। ਮੈਂ ਬੱਚੇ ਮੈਂ ਠੀਕ ਠਾਕ ਆ, ਤੂੰ ਬਸ ਆਪਣੀ ਸਿਹਤ ਦਾ ਧਿਆਨ ਰੱਖਣਾ ਵਾ। ਤੇ ਮਤਲਬ ਇਹ ਦੂਜੇ ਵੀਰ ਜਿਹੜਾ ਵਿਆਹ ਕੁਆਰਾ ਸੀ? ਹਾਂਜੀ ਉਹ ਕੁਆਰਾ ਸੀ। ਕਿੰਨੀਆਂ ਭੈਣਾਂ ਕਿੰਨੇ ਭਰਾ ਨੇ? 2 ਭਰਾ 2 ਭੈਣਾਂ ਵਾ। ਹਾਂਜੀ ਇੱਕ ਵਿਆਹੀ ਆ। ਕੀ ਆਪਾਂ ਮੰਗ ਕੀ ਕਰਦੇ ਆ ਪੰਜਾਬ ਸਰਕਾਰ ਜਾਂ ਜੇ ਕਿਸੇ ਵੇਲੇ ਕਰਨੀ ਆ? ਮੇਰੇ ਬੱਚੇ ਦੀ ਡੈਡ ਬੋਡੀ ਮੇਰੇ ਘਰ ਆਉਣੀ ਚਾਹੀਦੀ ਆ। ਮੈਂ ਬਹੁਤ ਗਰੀਬ ਵਾ, ਅਸੀਂ ਬਹੁਤ ਗਰੀਬ ਵਾ, ਮੈਂ ਬੱਚਿਆਂ ਦੇ ਸਿਰ ਤੇ ਡੋਰੀ ਹੀ। ਮੇਰਾ ਜੀ ਪ੍ਰਗਟ ਸਿੰਘ ਹੈ ਜੀ ਨਾਮ ਮੇਰਾ। ਇਹ ਜਿਹੜੇ ਨੌਜਵਾਨ ਦੀ ਡੈਥ ਹੋਈ ਆ, ਕੀ ਮਾਮਲਾ ਕੀ ਆ ਜੀ? ਇਹ ਜੀ ਜਾਰਜ ਮਸੀਹ ਆ, ਇਹਨਾਂ ਦੇ ਪਿਤਾ ਜੀ ਦਾ ਨਾਂ ਆ ਬਾਰੀ ਦਰਬਾਰਾ ਮਸੀਹ। ਇਹ ਲੜਕਾ ਦੁਬਈ ਵਿੱਚ ਲੇਬਰ ਦਾ ਕੰਮ ਕਰਦਾ ਸੀ ਅਤੇ ਉੱਥੇ ਕੱਲ੍ਹ ਪਤਾ ਲੱਗਾ ਵੀ ਕੰਮ ਕਰਦਿਆਂ ਕੋਈ ਮਸ਼ੀਨ ਉੱਤੋਂ ਡਿੱਗ ਕੇ ਉਹਦੇ ਉੱਤੇ ਪੈ ਗਈ ਹੈ ਅਤੇ ਉਹਦੀ ਸਪੋਰਟਲੀ ਡੈਥ ਹੋ ਗਈ ਹੈ। ਔਰ ਇਹ ਬਹੁਤ ਗਰੀਬ ਪਰਿਵਾਰ ਆ। ਅਸੀਂ ਪੰਜਾਬ ਸਰਕਾਰ ਨੂੰ ਜਾਂ ਜਥੇਬੰਦੀਆਂ ਨੂੰ ਜਾਂ ਐਨ ਜੀ ਓ ਜਾਂ ਹੋਰ ਜੋ ਟੀਮਾਂ ਪਿੰਡਾਂ ਦੇ ਵਿੱਚ ਬਣੀਆਂ ਨੇ ਉਹਨਾਂ ਨੂੰ ਅਸੀਂ ਇਹ ਕਹਿੰਦੇ ਹਾਂ ਵੀ ਇਹ ਗਰੀਬ ਪਰਿਵਾਰ ਦੀ ਮਦਦ ਜ਼ਰੂਰ ਕੀਤੀ ਜਾਵੇ ਤਾਂ ਕਿ ਇਹਨਾਂ ਗਰੀਬ ਪਰਿਵਾਰ ਦੀ ਜਿਹੜੀ ਹੈਲਪ ਹੋ ਸਕੇ। ਸਰ ਇਹ ਜਿਹੜੀ ਕੰਪਨੀ 'ਚ ਗੱਲ ਮਤਲਬ ਕੰਮ ਕਰਦਾ ਸੀ ਉਹਨਾਂ ਨੇ ਕੋਈ ਗੱਲਬਾਤ ਹੋਈ ਹੈ ਤੁਹਾਡੀ ਜਾਂ ਕਿਸੇ ਹੋਰ ਨੂੰ? ਨਹੀਂ ਸਾਡੀ ਤਾਂ ਨਹੀਂ ਹੋਈ, ਪਰ ਅਸੀਂ ਕੰਪਨੀ ਨੂੰ ਵੀ ਕਹਾਂਗੇ ਵੀ ਉਹਨਾਂ ਦੀ ਕੰਪਨੀ 'ਚ ਕੰਮ ਕਰਦਾ ਵੀ ਉਹ ਵੀ ਇਹਨਾਂ ਦਾ ਜੋ ਬਣਦਾ ਸਰਦਾ ਆ ਉਹ ਵੀ ਕੰਪਨੀ ਵੀ ਇਹਨਾਂ ਦੀ ਮਦਦ ਕਰੇ ਔਰ ਉੱਥੋਂ ਜੋ ਡੈਡ ਬਾਡੀ ਆ ਉਹ ਵੀ ਕੰਪਨੀ ਜੋ ਛੇਤੀ ਛੇਤੀ ਜਿਹੀ ਇੰਡੀਆ ਭੇਜੀ ਜਾਵੇ ਤਾਂ ਕਿ ਪਰਿਵਾਰ ਦੇ ਵਿੱਚ ਉਹਨਾਂ ਦੀ ਡੈਡ ਬਾਡੀ ਆ ਸਕੇ। ਸਰ ਜਦੋਂ ਕੋਈ ਵੀ ਮਤਲਬ ਮੁਲਾਜ਼ਮ ਕੰਮ ਕਰਦਾ ਉਹਦੀ ਇਨਸ਼ੋਰੈਂਸ ਹੁੰਦੀ ਆ, ਉਹਦਾ ਬੈਨੀਫਿਟਸ ਵੀ ਹੁੰਦੇ ਨੇ, ਤੁਸੀਂ ਉਹ ਮੰਗ ਕਰੋਗੇ? ਬਿਲਕੁਲ ਬਿਲਕੁਲ ਜੀ, ਜਦੋਂ ਬੰਦੇ ਇੱਥੋਂ ਜਾਂਦੇ ਨੇ ਉਹਨਾਂ ਦੀ ਇਨਸ਼ੋਰੈਂਸ ਹੁੰਦੀ ਆ, ਅਸੀਂ ਮੰਗ ਕਰਦੇ ਹਾਂ ਕੌਮੀ ਨੂੰ ਵੀ ਜੋ ਵੀ ਉਹਨਾਂ ਦਾ ਬਣਦਾ ਹੱਕ ਆ ਉਹਨਾਂ ਨੂੰ ਜ਼ਰੂਰ ਦਿੱਤਾ ਜਾਵੇ ਉਹਦੇ ਮਾਪਿਆਂ ਨੂੰ।